ਬਹੁਤ ਹੀ ਭਿਆਨਕ ਹਾਦਸਾ ਹੋਇਆ ਹੈ। ਕੈਮੀਕਲ ਦੇ ਨਾਲ ਭਰਿਆ ਟੈਂਕਰ ਨਦੀ ਦੇ ਵਿੱਚ ਰੁੜ ਗਿਆ, ਜਿਸ ਕਰਕੇ ਕਈ ਬੇਜਵਾਨ ਮੱਛਲੀਆਂ ਦੀ ਜਾਨ ਚਲੀ ਗਈ। ਦੱਸ ਦਈਏ ਕਿ ਇੱਕ ਪੁਲ ਟੁੱਟਿਆ ਹੋਇਆ ਸੀ ਅਤੇ ਇਹ ਟਰੱਕ ਉਸਦੇ ਉੱਤੋਂ ਦੀ ਲੰਘਿਆ। ਇਸਦੇ ਟੈਂਕਰ ਦੇ ਵਿੱਚ ਕੈਮੀਕਲ ਭਰਿਆ ਹੋਇਆ ਸੀ ਅਤੇ ਜਦ ਪਲਟਦਾ ਹੈ ਤਾਂ ਸਾਰਾ ਕੈਮੀਕਲ ਪਾਣੀ ਦੇ ਨਾਲ ਰਲ ਜਾਂਦਾ ਹੈ, ਜਿਸ ਕਰਕੇ ਨਦੀ ਦੇ ਵਿੱਚ ਜਿੰਨੀਆਂ ਮੱਛੀਆਂ ਹੁੰਦੀਆਂ ਨੇ ਉਹ ਸਾਰੀਆਂ ਮਰ ਜਾਂਦੀਆਂ ਨੇ, ਜਿਸ ਤੋਂ ਬਾਅਦ ਪਾਣੀ ਵੀ ਦੂਸ਼ਿਤ ਹੁੰਦਾ ਹੈ। ਤਾਂ ਪੰਜਾਬ ਹਿਮਾਚਲ ਦੇ ਸਰਹੱਦੀ ਪਿੰਡ ਦਬੋਟਾ ਦੀ ਖੱਡ 'ਚੋਂ ਕੈਮੀਕਲ ਦਾ ਭਰਿਆ ਟਰੱਕ ਪਲਟ ਗਿਆ ਹੈ। ਕੈਮੀਕਲ ਨਾਲ ਭਰਿਆ ਇੱਕ ਕੈਂਟਰ ਗੁਜਰਾਤ ਤੋਂ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਉਕਤ ਖੱਡ ਦੇ ਉੱਤੋਂ ਜਦ ਇਹ ਲੰਘਣ ਲੱਗਿਆ ਤਾਂ ਅਚਾਨਕ ਪਲਟ ਗਿਆ। ਇਸਦਾ ਜਿਹੜਾ ਕੈਮੀਕਲ ਸੀ ਉਹ ਪਾਣੀ ਵਿੱਚ ਰਲਿਆ ਅਤੇ ਹਜ਼ਾਰਾਂ ਮੱਛੀਆਂ ਦੀ ਇਸਨੇ ਜਾਨ ਲੈ ਲਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇੱਕ ਕੈਮੀਕਲ ਦੇ ਨਾਲ ਭਰਿਆ ਜਿਹੜਾ ਟਰੱਕ ਸੀ ਉਹ ਗੁਜਰਾਤ ਤੋਂ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ। ਜਦੋਂ ਇਹ ਕੈਂਟਰ ਪਿੰਡ ਭਰਤਗੜ ਵਾਲੀ ਸਾਈਡ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾ ਰਿਹਾ ਸੀ ਤਾਂ ਦਬੋਟਾ ਖੱਡ ਦੇ ਉੱਪਰ ਬਣਿਆ ਪੁੱਲ ਜੋ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਨੁਕਸਾਨਿਆ ਗਿਆ ਸੀ, ਉਸਦੇ ਉੱਪਰੋਂ ਦੀ ਇਹ ਵਹੀਲਾਂ ਕਰਕੇ ਲੰਘ ਰਿਹਾ ਸੀ ਤਾਂ ਅਚਾਨਕ ਇਸਦਾ ਟਾਇਰ ਧੱਸ ਗਿਆ। ਟਾਇਰ ਧੱਸਣ ਦੇ ਕਾਰਨ ਇਹ ਪੂਰਾ ਟਰੱਕ ਪਲਟਦਾ ਹੈ, ਖੱਡ 'ਚ ਜਾ ਡਿੱਗਦਾ ਹੈ, ਜਿਸ ਤੋਂ ਬਾਅਦ ਇਸਦਾ ਕੈਮੀਕਲ ਪਾਣੀ 'ਚ ਰਲਿਆ ਅਤੇ ਮੱਛੀਆਂ ਦੀ ਜਾਨ ਲੈ ਲਈ ਇਸ ਕੈਮੀਕਲ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਆਓ ਮੌਕੇ 'ਤੇ ਪੁਲਿਸ ਦਾ ਕੀ ਕਹਿਣਾ ਉਹ ਵੀ ਜਾਣਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਦੀਪ ਸਿੰਘ ਸੰਧੂ, ਪਿੰਡ ਕਕਰਾਲਾ। ਇੱਕ ਰਾਤ ਹਾਦਸਾ ਵਾਪਰਿਆ ਸਾਡੇ ਪਿੰਡ 'ਚ, ਅਤੇ ਇੱਕ ਕੈਮੀਕਲ ਦਾ ਟਰੱਕ ਭਰ ਕੇ ਜਾ ਰਿਹਾ ਸੀ ਅਤੇ ਉਹ ਰਸਤਾ ਖਰਾਬ ਹੋਣ ਕਾਰਨ ਉਹ ਨਦੀ ਦੇ ਵਿੱਚ ਗਿਰ ਗਿਆ। ਅਤੇ ਉਸ ਟਰੱਕ ਵਿੱਚ ਕੈਮੀਕਲ ਥਾ, ਨਾਮ ਤਾਂ ਨਹੀਂ ਪਤਾ ਕੈਮੀਕਲ ਦਾ, ਪਰ ਉਹ ਗ੍ਰੀਨ ਪਲਾਈ ਜੋ ਬੋਰਡ ਬਣਦੇ ਆ ਉਹਦੇ ਵਿੱਚ ਕੈਮੀਕਲ ਪੈਂਦਾ ਹੈ। ਤਾਂ ਉਹ ਸਾਰਾ ਕੈਮੀਕਲ ਜੋ ਸਾਡੀ ਖੱਡ ਹੈ ਉਹਦੇ ਵਿੱਚ, ਉਹਦੇ ਪਾਣੀ ਵਿੱਚ ਸਾਰਾ ਹੀ ਮਿਕਸ ਹੋ ਗਿਆ ਹੈ। ਉਸਦੇ ਮਿਕਸ ਹੋਣ ਕਾਰਨ ਸਾਰੀਆਂ ਮੱਛੀਆਂ ਵਗੈਰਾ ਜੋ ਵੀ ਜੀਵ ਜੰਤੂ ਪਾਣੀ ਵਿੱਚ ਹੁੰਦੇ ਨੇ ਉਹ ਸਾਰੇ ਮਰ ਗਏ ਹੈ। ਅਤੇ ਨਾਲ ਦੇ ਨਾਲ ਜੋ ਸਾਡੇ ਇੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਹੈ ਉਹ ਉਹਨਾਂ ਨੂੰ ਚੱਕ ਚੱਕ ਕੇ ਖਾ ਵੀ ਰਹੇ ਨੇ। ਤਾਂ ਜੇ ਜੋ ਇਹ ਨਦੀ ਹੈ ਉਹ ਸਾਡੇ ਸਰਸਾ ਨਦੀ ਵਿੱਚ ਜਾ ਕੇ ਮਿਲਦੀ ਹੈ ਜਾ ਕੇ, ਸੋ ਕੈਮੀਕਲ ਵੀ ਉਹ ਸਾਰਾ ਸਰਸਾ ਨਦੀ ਵਿੱਚ ਜਾ ਕੇ ਮਿਲੇਗਾ, ਸੋ ਜਿਹਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਅਤੇ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਸ ਰੋਡ ਦਾ ਕੰਮ ਵੀ ਕਰਵਾਇਆ ਜਾਵੇ। ਇਹ ਪੁਲ ਬੰਦ ਹੋਏ ਨੂੰ ਕਮ ਸੇ ਕਮ ਵੀ 4 ਮਹੀਨੇ ਜਾਂ 5 ਮਹੀਨੇ ਹੋ ਗਏ ਹੈ, ਅਤੇ ਇਸ ਰੋਡ ਦਾ ਵੀ ਥੋੜ੍ਹਾ ਕੰਮ ਕੀਤਾ ਜਾਵੇ। ਇਹ ਪੁਲ ਕਾਰਨ ਹੋਣ ਕਰਕੇ ਇਹ ਸਾਰਾ ਰਸਤਾ ਇਹ ਨਵਾਂ ਬਣਿਆ ਹੈ, ਬਿਲਕੁਲ ਕੱਚਾ ਰਸਤਾ ਹੈ, ਬਹੁਤ ਜ਼ਿਆਦਾ ਜਾਨ ਨੂੰ ਖਤਰਾ ਹੈ, ਹਰੇਕ ਬੰਦਾ ਆਪਣੀ ਜਾਨ ਖਤਰੇ 'ਚ ਲੈ ਕੇ ਜਾਂਦਾ ਹੈ। ਸੋ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਕ ਸਿੰਘ, ਪਿੰਡ ਦਬੋਟਾ ਨਾਲ ਲੱਗਦਾ ਪੰਜਾਬ ਬਾਰਡਰ। ਇਹ ਸਾਡੇ ਇੱਥੇ ਜੋ ਮੌਜੂਦਾ ਪੁਲ ਹਿਮਾਚਲ ਪੰਜਾਬ ਦਾ ਬਣਿਆ ਹੋਇਆ ਹੈ, ਇਹ ਪੁਲ ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਇਹ ਜਿਹੜਾ ਹੈ ਕੱਚਾ ਰਸਤਾ ਐਮਰਜੈਂਸੀ ਲੋਕ ਯੂਜ਼ ਕਰ ਰਹੇ ਨੇ। ਇਹ ਕੱਚੇ ਰਸਤੇ ਦੀ ਵਜ੍ਹਾ ਨਾਲ ਬੜਾ ਹਾਦਸਾ ਹੋਇਆ, ਜਿਹਦੇ ਨਾਲ ਸੈਂਕੜਾ ਹੀ ਮੱਛੀਆਂ ਇੱਥੇ ਮਾਰੀਆਂ ਗਈਆਂ, ਜੀਵ ਜੰਤੂ ਮਾਰੇ ਗਏ, ਅਤੇ ਅੱਗੇ ਹੋਰ ਵੀ ਜਿੱਥੇ ਜਾ ਕੇ ਦਰਿਆ 'ਚ ਪਾਣੀ ਮਿਲੇਗਾ ਉੱਥੇ ਹੋਰ ਜੀਵ ਜੰਤੂ ਜ਼ਿਆਦਾ ਮਾਰੇ ਜਾਣਗੇ ਅਤੇ ਬਹੁਤ ਜਾਨੀ ਮਾਲ ਜਿਹੜੇ ਨੁਕਸਾਨ ਹੋ ਰਿਹਾ ਹੈ। ਸਾਡੀ ਗੌਰਮੈਂਟ ਨੂੰ, ਪ੍ਰਸ਼ਾਸਨ ਨੂੰ ਇਹ ਦਰਖਾਸਤ ਹੈ ਤਾਂ ਕਿ ਇਹ ਜਲਦੀ ਤੋਂ ਜਲਦੀ ਜਿਸ ਕੰਮ ਦੀ ਕਮੀ ਦੇ ਕਾਰਨ ਇਹ ਹਾਦਸੇ ਹੋ ਰਿਹਾ ਉਸ ਕੰਮ ਨੂੰ ਜਲਦੀ ਤੋਂ ਜਲਦੀ ਕਲੀਅਰ ਕੀਤਾ ਜਾਵੇ ਤਾਂ ਕਿ ਅੱਗੇ ਭਵਿੱਖ ਵਿੱਚ ਇਹ ਹਾਦਸੇ ਨਾ ਹੋਣ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ। ਅਤੇ ਦੂਜਾ ਨਾਲ ਮੇਰੀ ਬੇਨਤੀ ਇਹ ਹੈ ਕਿ ਜਦ ਤੱਕ ਇਹ ਕੰਮ ਕੰਪਲੀਟ ਨਹੀਂ ਹੋ ਜਾਂਦਾ ਤਦ ਤੱਕ ਕੋਈ ਇਹੋ ਜਿਹੇ ਪ੍ਰਬੰਧ ਕਰਨ ਤਾਂ ਕਿ ਕੋਈ ਬੜੀਆਂ ਹੈਵੀ ਗੱਡੀਆਂ, ਹੈਵੀ ਵਹੀਕਲ ਉਹ ਜੋ ਇਸ ਰਸਤਿਆਂ 'ਤੇ ਨਾ ਆਉਣ ਜਾਣ ਨਾ ਉਹ ਬੰਦ ਹੋ ਸਕੇ, ਤਾਂ ਕਿ ਜੋ ਨਮਾੜਾ ਮੋਟਾ ਰਸਤਾ ਕਿਤੇ ਐਮਰਜੈਂਸੀ ਨੂੰ ਵੀ ਯੂਜ਼ ਕਰਦੇ ਹਾਂ ਉਹ ਵੀ ਬੰਦ ਹੋ ਰਿਹਾ, ਖਰਾਬ ਹੋ ਰਿਹਾ, ਇਹਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਕਿਸੇ ਹੋਰ ਰੂਟ ਤੋਂ ਡਾਇਵਰਟ ਕੀਤਾ ਜਾਵੇ ਤਾਂ ਕਿ ਇੱਦਾਂ ਦਾ ਹਾਦਸਾ ਅੱਗੇ ਨਾ ਵਾਪਰਨ। ਇਹ ਮੇਰੇ
ਗੁਜਰਾ ਸੇ ਭਰ ਕੇ ਆ ਰਹਾ ਥਾ ਨਾਲਾ ਕਟਦਾਰਾ ਦਾ ਗ੍ਰੀਨ ਲੈਂਪ ਲਾਈ ਮੈਂ ਔਰ ਪਹਿਲੇ ਉਹ ਗਾਗੇ ਵਾਲਾ ਰਸਤਾ ਬੰਦ ਉਹ ਰਸਤਾ ਚੇਂਜ ਕਰ ਆਇਆ ਤੋ ਯਹਾਂ ਸੇ ਗਾੜੀ ਵੀ ਹੈ ਪੂਰਾ ਰਸਤਾ ਖਰਾਬ ਥਾ ਔਰ ਰਸਤਾ ਡੱਬੇ ਜਾਣਾ ਸੀ ਗਾੜੀ ਨੀਚੇ ਗਿਰ ਗਈ ਸੁਬਹ 4 ਵਜੇ ਕਿਤਨਾ ਕੈਮੀਕਲ ਥਾ ਇਸਮੇ 36 ਟਨ ਥਾ 36 ਟਨ ਥਾ 36 ਟਨ ਕੈਮੀਕਲ ਥਾ ਤੋ ਜੋ ਗਿਰਾ ਹੈ ਜੋ ਕੈਮੀਕਲ ਗਿਰਾ ਹੈ ਤੋ ਜੇ ਸਿੱਧਾ ਨਦੀ ਮੈਂ ਜਾ ਰਿਹਾ ਕਿਤਨਾ ਗਿਰ ਗਿਆ ਹੋਗਾ ਯਹਾਂ ਸੇ ਬਹੁਤ ਗਿਆ 10-15 ਘੰਟੇ ਤੋਂ ਇਸ ਮਛਲੀਆਂ ਕੋ ਨੁਕਸਾਨ ਹੋਗਾ ਮਰੀ ਹੈ ਅੱਛਾ ਅੱਛਾ ਤੋ ਜੇ ਗੁਜਰਾਤ ਸੇ ਆਈ ਸੀ ਜਾ ਰਹੀ ਸੀ ਯਹਾਂ ਪੇ ਪੰਜਾਰਾ ਮੈਂ ਗ੍ਰੀਨ ਪਲਾਈ ਮੈਂ ਤੋ ਆਪਕੋ ਕਿਤਨਾ ਨੁਕਸਾਨ ਹੋਇਆ ਹੋਗਾ ਇਸ ਕੈਮੀਕਲ ਸੇ ਅੱਛਾ 30-35 ਹਜ਼ਾਰ ਕਾ ਲੱਖ ਕਾ 30-35 ਲੱਖ ਕਾ ਜੋ ਨੁਕਸਾਨ ਹੋਇਆ ਓਕੇ ਗਾੜੀ ਕਾ ਪੂਰਾ ਨੁਕਸਾਨ ਓਕੇ ਓਕੇ ਰਸਤਾ ਕੇ ਕਾਰਨ ਸਭ ਹੋ ਰਹਾ ਠੀਕ ਹੈ